ਹਜ਼ੂਰੀ ਵਿੱਚ ਸਜੀ ਹੋਈ ਬਹੁਤ ਹੀ ਸਤਿਕਾਰਯੋਗ ਗੁਰੂ ਕੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਿਮਰਨ ਦੇ ਵਿੱਚ ਸੰਗਤਾਂ ਜੁੜੀਆਂ ਹੋਈਆਂ ਸਨ ਔਰ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸਰੂਪ ਸਿੰਘ ਜੀ ਧੰਨਵਾਦੀ ਹਾਂ ਜਿਨ੍ਹਾਂ ਨੇ ਸੰਗਤਾਂ ਦੇ ਦੀਦਾਰ ਕਰਵਾਏ ਨੇ। ਜਿਸ ਸਮੇਂ ਵੀ ਇੰਗਲੈਂਡ ਦੇ ਵਿੱਚ ਥੋੜ੍ਹੇ ਜਾਂ ਬਹੁਤੇ ਦਿਨ ਆਈਏ ਤਾਂ ਜ਼ਰੂਰ ਸੰਗਤਾਂ ਦੇ ਦੀਦਾਰ ਕਰਵਾਉਂਦੇ ਹੁਕਮ ਕਰਦੇ ਨੇ। ਭਾਵੇਂ ਸਮਾਂ ਕਾਫੀ ਅੱਜ ਬਿਜ਼ੀ ਹੈ, ਇਹਨਾਂ ਮਹਾਂਪੁਰਸ਼ਾਂ ਦੇ ਹੁਕਮ ਨੂੰ ਮੰਨ ਕੇ ਆਪ ਸੰਗਤਾਂ ਦੇ ਸਾਹਿਬਾਂ ਦੇ ਦੀਦਾਰ ਕਰਨ ਵਾਸਤੇ ਪਹੁੰਚੇ ਹਨ। ਮਹਾਨ ਉਪਰਾਲਾ ਹੈ ਜੋ ਸੰਗਤਾਂ ਨੂੰ ਰੋਜ਼ਾਨਾ ਹੀ ਸਿਮਰਨ ਦੇ ਨਾਲ ਜੋੜਦੇ ਹਨ ਔਰ ਸੰਡੇ ਨੂੰ ਐਤਵਾਰ ਨੂੰ ਸਵੇਰੇ ਸਿਮਰਨ ਦੇ ਵਿੱਚ ਸੰਗਤਾਂ ਬੈਠਦੀਆਂ ਹਨ। ਆਓ ਪਿਆਰ ਸਤਿਕਾਰ ਸਹਿਤ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲਾ ਹੈ। ਇੱਕ ਬਜ਼ੁਰਗ ਜਾ ਰਿਹਾ ਹੈ ਬਾਜ਼ਾਰ ਵਿੱਚ ਦੀ, ਅੱਗੋਂ ਇੱਕ ਨੌਜਵਾਨ ਨੇ ਪੁੱਛਿਆ, ਬਾਬਾ ਕਿੱਥੋਂ ਆ ਰਿਹਾ ਹੈ, ਕਿਸ ਪਾਸੇ ਜਾਣਾ ਹੈ? ਉਸ ਬਜ਼ੁਰਗ ਨੇ ਕਿਹਾ, ਬੇਟਾ ਮੈਂ ਦੋ ਕਾਰਜ ਕਰਕੇ ਆਇਆ ਹਾਂ, ਦੋ ਕਾਰਜ ਅਜੇ ਮੇਰੇ ਕਰਨੇ ਬਾਕੀ ਨੇ। ਨੌਜਵਾਨ ਕਹਿਣ ਲੱਗੇ, ਬਾਬਾ ਤੜਕੇ ਤੜਕੇ ਅੰਮ੍ਰਿਤ ਵੇਲੇ ਕਿਹੜੇ ਕਾਰਜ ਕਰਕੇ ਆਇਆ ਤੂੰ ਤੇ ਕਿਹੜੇ ਕਰਨ ਵਾਸਤੇ ਜਾ ਰਿਹਾ? ਉਸਨੇ ਕਿਹਾ, ਇਹ ਕਾਰਜ ਮੈਨੂੰ ਗੁਰੂ ਨੇ ਹੁਕਮ ਕੀਤਾ, ਇਹ ਕਾਰਜ ਹਰ ਸਿੱਖ ਨੇ ਰੋਜ਼ਾਨਾ ਹੀ ਕਰਨੇ ਹਨ, ਪਰ ਐਸੇ ਗੁਰਸਿੱਖ ਵਿਰਲੇ ਨੇ ਜਿਹੜੇ ਇਹ ਰੋਜ਼ਾਨਾ ਕਾਰਜ ਕਰਦੇ ਹਨ। ਆਪ ਜੀ ਕਈ ਵਾਰੀ ਇਹ ਸ਼ਬਦ ਪੜ੍ਹਦੇ ਹੋ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕੰਡ ਹੈ ਵਿਰਲੇ ਕੇਈ ਕੇ। ਜਗ ਦੇ ਵਿੱਚ ਇਹ ਉੱਤਮ ਪੁਰਸ਼ ਨੇ, ਜਗ ਦੇ ਵਿੱਚ ਉੱਤਮ ਪੁਰਸ਼ ਕੱਢੇ ਜਾਂਦੇ ਨੇ, ਵਿਰਲੇ ਨੇ ਜਿਹੜੇ ਇਹ ਕਾਰਜ ਕਰਦੇ ਹਨ ਕਿ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਿਮਰਨ ਕਰਨਾ, ਚਾਹੇ ਥੋੜਾ ਸਮਾਂ ਕਰੇ ਚਾਹੇ ਬਹੁਤਾ ਸਮਾਂ ਕਰੇ, ਆਪਣੇ ਬੈੱਡ ਦੇ ਉੱਤੇ ਬੈਠ ਕੇ ਕਰੇ ਚਾਹੇ ਆਪਣੇ ਘਰ ਦੇ ਵਿੱਚ ਤੁਰ ਫਿਰ ਕੇ ਕਰੇ, ਅੰਮ੍ਰਿਤ ਵੇਲੇ ਸਿਮਰਨ ਕਰਨਾ ਹੈ ਨਿਤਨੇਮ ਤੋਂ ਪਹਿਲਾਂ। ਸਿਮਰਨ ਕਰਕੇ ਫਿਰ ਦੂਸਰਾ ਕੰਮ ਹੈ ਜਿਹਵਾ ਜਪ ਗੁਰ ਨਾਉ, ਰਸਨਾ ਦੇ ਨਾਲ ਗੁਰੂ ਦਾ ਨਾਮ ਜਪਣਾ, ਨਿਤਨੇਮ ਕਰਨਾ। ਜੋ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ਿਸ਼ ਕੀਤਾ ਹੈ, ਇਹ ਹਰ ਇੱਕ ਗੁਰਸਿੱਖ ਨੇ ਕਰਨਾ ਹੈ। ਇਸੇ ਲਈ ਰਹਿਤਨਾਮੇ ਵਿੱਚ ਅੰਕਿਤ ਹੈ ਕਿ ਸਿੱਖ ਗੁਰੂ ਕਾ ਹੋਏ ਗਇਓ, ਜਪ ਜੀ ਕੰਠ ਨਕੀਨ, ਤੰਦੁਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਜਿਸ ਤਰ੍ਹਾਂ ਗੁਰੂ ਕਾ ਸਿੱਖ ਬਣਿਆ, ਸਿੱਖ ਪਰਿਵਾਰ ਵਿੱਚ ਜਨਮ ਮਿਲਿਆ, ਸਿੱਖ ਹੈ ਪਰ ਜਪਜੀ ਸਾਹਿਬ ਵੀ ਕੰਠ ਨਹੀਂ ਕੀਤਾ, ਜਪਜੀ ਸਾਹਿਬ ਵੀ ਪੜ੍ਹਿਆ ਨਹੀਂ, ਤੇ ਉਹ ਕਾਹਦਾ ਸਿੱਖ ਹੈ? ਇੱਕ ਠੋਥਾ ਇੱਕ ਪੋਲਾ ਸਿੱਖ ਹੈ। ਜਿਵੇਂ ਚੌਲਾਂ ਦੇ ਦਾਣੇ ਤੋਂ ਬਿਨਾਂ ਫੱਕ ਹੁੰਦੀ ਹੈ,
ਦੇਖਣ ਮਾਤਰ ਤੇ ਉਹ ਵੀ ਲੱਗਦਾ ਹੈ ਕਿ ਇਹ ਚੌਲਾਂ ਦਾ ਹੀ ਦਾਣਾ ਹੈ, ਪਰ ਉਹਦੇ ਵਿੱਚ ਕੁਝ ਨਹੀਂ ਹੁੰਦਾ। ਜੇ ਸਿੱਖ ਅੰਮ੍ਰਿਤ ਵੇਲੇ ਨਿਤਨੇਮ ਨਹੀਂ ਕਰਦਾ, ਵੇਖਣ ਨੂੰ ਤੇ ਸਿੱਖ ਹੀ ਲੱਗਦਾ ਹੈ, ਪਰ ਉਹਦੇ ਵਿੱਚ ਕੋਈ ਕਣ ਨਹੀਂ, ਉਹਦੇ ਵਿੱਚ ਕੋਈ ਸਿਧਾਂਤ ਨਹੀਂ ਹੈ। ਤੀਸਰਾ ਕੰਮ ਨੇਤਰੀ ਸਤਿਗੁਰ ਪੇਖਣ, ਇਹ ਜਿਹੜਾ ਤੁਸੀਂ ਕਰ ਰਹੇ, ਨੇਤਰਾਂ ਦੇ ਨਾਲ ਗੁਰਦੇਵ ਦੇ ਦਰਸ਼ਨ ਕਰਨੇ, ਕਿਉਂਕਿ ਇਹ ਨੇਤਰ ਸਤਿਗੁਰੂ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਸ਼ ਕੀਤੇ ਨੇ, ਇਹ ਨੇਤਰ ਹੋ ਮੇਰੇ ਹੋ, ਇਹ ਨੇਤਰ ਸਤਿਗੁਰੂ ਨੇ ਬਖਸ਼ਿਸ਼ ਕੀਤੇ ਨੇ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ, ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਵਾਸਤੇ। ਤੇ ਦਰਸ਼ਨ ਕਰਕੇ ਫਿਰ ਕੀ ਕਰਨਾ ਸਿੱਖ ਨੇ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰਨਾਉ, ਆਪਣੇ ਕੰਨਾਂ ਨਾਲ ਫਿਰ ਗੁਰੂ ਦਾ ਨਾਮ ਸੁਣਨਾ, ਜੋ ਨਾਮ ਆਪ ਜੀ ਜਪ ਰਹੇ ਹੋ, ਨਾਮ ਸਰਵਣ ਕਰ ਰਹੇ ਹੋ, ਇਹ ਚੌਥਾ ਕੰਮ ਹੈ। ਗੁਰੂ ਘਰ ਵਿੱਚ ਆ ਕੇ ਗੁਰਬਾਣੀ ਕੀਰਤਨ ਸੁਣਨਾ, ਕਿਉਂਕਿ ਗੁਰਦੁਆਰਾ ਹਰ ਕੀਰਤਨ ਸੁਣੀਏ। ਤੇ ਤਰੀਕਾ ਕੀ ਹੈ, ਸਤਿਗੁਰ ਭੇਟ ਹਰ ਜਸ ਮੁੱਖ ਭਰੀਏ, ਗੁਰਦੁਆਰੇ ਵਿੱਚ ਆ ਕੇ ਗੁਰੂ ਕੀ ਕੀਰਤੀ ਸਵਕੀਰਤੀ ਸਰਵਣ ਕਰਨੀ, ਕਥਾ ਕੀਰਤਨ ਗੁਰਬਾਣੀ ਸਿਮਰਨ ਸਰਵਣ ਕਰਨਾ। ਪਰ ਸਰਵਣ ਕਰਦਿਆਂ ਖਿਆਲ ਰੱਖਣਾ ਹੈ ਕਿ ਆਪਾਂ ਗੁਰੂ ਨੂੰ ਭੇਟਾ ਕਰਨਾ, ਮਨ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਹੈ। ਜੇ ਮਨ ਜੁੜ ਗਿਆ ਗੁਰੂ ਦੇ ਨਾਲ, ਤੇ ਇੱਕ ਵਾਰੀ ਮੁੱਖ ਵਿੱਚੋਂ ਸਤਨਾਮ ਵਾਹਿਗੁਰੂ ਕਿਹਾ, ਉਹ ਸਫਲ ਹੋ ਜਾਂਦਾ ਹੈ। ਇਸ ਲਈ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰਨਾਉ, ਇਹ ਗੁਰੂ ਦਾ ਨਾਮ ਕੰਨਾਂ ਦੇ ਨਾਲ ਸੁਣਨਾ, ਨੇਤਰਾਂ ਦੇ ਨਾਲ ਗੁਰੂ ਦੇ ਦੀਦਾਰ ਕਰਨੇ, ਅੰਮ੍ਰਿਤ ਵੇਲੇ ਜਾਪ ਕਰਨਾ, ਫਿਰ ਸਿੱਖ ਨੇ ਨਿਤਨੇਮ ਕਰਨਾ। ਉਹ ਗੁਰਮੁਖ ਪਿਆਰੇ ਵਿਰਲੇ ਨੇ ਜਗਤ ਦੇ ਵਿੱਚ, ਜਿਨ੍ਹਾਂ ਤੇ ਸਤਿਗੁਰਾਂ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ। ਆਪ ਗੁਰੂ ਦੀ ਕਿਰਪਾ ਦੇ ਪਾਤਰ ਹੋ। ਇਹ ਚਾਰੇ ਕਰਮ ਕਰਨ ਦੇ ਵਾਸਤੇ ਜੋ ਮਹਾਂਪੁਰਸ਼ਾਂ ਨੇ ਸਾਨੂੰ ਇਹ ਮਾਰਗ ਦਰਸਾਇਆ ਹੈ, ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਪੂਰਨ ਸਿੰਘ ਜੀ ਕਲੀਚੋ ਵਾਲੇ, ਉਸ ਅਸਥਾਨ ਦੇ ਵੀ ਦੀਦਾਰ ਕੀਤੇ ਦਾਸ ਨੇ, ਬਹੁਤ ਹੀ ਮਨ ਨੂੰ ਪ੍ਰਸੰਨਤਾ ਹੋਈ। ਔਰ ਇਸ ਅਸਥਾਨ ਤੇ ਮਹਾਂਪੁਰਸ਼ ਸੰਤ ਬਾਬਾ ਸਰੂਪ ਸਿੰਘ ਜੀ ਸੰਗਤਾਂ ਨੂੰ ਜੋੜਿਆ, ਆਪ ਵੀ ਜੁੜੇ ਹਨ, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਹੈ, ਬਹੁਤ ਧਾਰਮਿਕ ਕਾਰਜ ਵਿਦਿਆ ਦੇ ਖੇਤਰ ਦੇ ਵਿੱਚ ਬੇਅੰਤ ਕਾਰਜ ਕਰ ਰਹੇ ਨੇ। ਸਮੁੱਚੇ ਸਿੰਘਾਂ ਨੂੰ, ਸਮੁੱਚੇ ਜਥੇ ਨੂੰ, ਮਾਈ ਭਾਈ ਨੂੰ ਗੁਰਦੇਵ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਿਮਰਨ ਤੇ ਸੇਵਾ ਦੀ ਦਾਤ ਝੋਲੀ ਵਿੱਚ ਪਾਉਣ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।